ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਦਾਤਿਆਂ ਦੇ ਦਰਬਾਰ 'ਚ ਬੈਠੇ ਹੋ ਇਹ ਚਲੋ ਸ਼ੁਰੂਆਤ ਸੀ ਸਟੇਜ ਦੀ ਇਸ ਕਰਕੇ ਥੋੜਾ ਲੰਬਾ 뮤직 ਚੱਲਣਾ ਚਾਹੀਦਾ ਸੀ ਸਰਦਾਰ ਜੀ ਸਤਿ ਸ੍ਰੀ ਅਕਾਲ ਅੱਗੇ ਤੋਂ ਥੋੜਾ ਜਿਹਾ ਧਿਆਨ ਰੱਖਿਓ ਕਿ ਜਦੋਂ ਕਲਾਕਾਰ ਸਟੇਜ 'ਤੇ ਆ ਗਿਆ ਐਂਟਰੀ ਬੰਦ ਕਿਉਂਕਿ ਨਹੀਂ ਤੇ ਕਲਾਕਾਰ ਖੜਾ ਐ ਲੱਗਦਾ ਰਹਿੰਦਾ ਜਿਵੇਂ ਸ਼ਬੀਲ ਦੀ ਪਰਚੀ ਕਟਾਉਣ ਆਇਆ ਹੁੰਦਾ ਹੈ ਥੋੜਾ ਜਿਹਾ ਸਿਹਤ ਦਾ ਧਿਆਨ ਰੱਖਿਓ ਸਮੇਂ ਦਾ ਵੀ ਧਿਆਨ ਰੱਖਿਓ ਸਮਾਂ ਸਮਾਂ ਸਮਰੱਥ ਉਹੀ ਅਰਜਨ ਤੇ ਉਹੀ ਰੱਥ ਸਮਾਂ ਕਹਿੰਦੇ ਕਦੇ ਕਿਸੇ ਦੀ ਇੰਤਜ਼ਾਰ ਨਹੀਂ ਕਰਦਾ ਹਮੇਸ਼ਾ ਸਮੇਂ ਨੂੰ ਹੀ ਚੰਗੇ ਬੰਦੇ ਨੂੰ ਹੀ ਚੰਗੇ ਸਮੇਂ ਦਾ ਇੰਤਜ਼ਾਰ ਕਰਨਾ ਪੈਂਦਾ ਸਮਾਂ ਕਦੇ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ ਪਰ ਅੱਜ ਦਾ ਜਿਹੜਾ ਸਮਾਂ ਉਹ ਮਾਲਕ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਣ ਦਾ ਮਿਲਿਆ ਸੋ ਚੰਗਾ ਸਮਾਂ ਹੋਰ ਕੀ ਹੋ ਸਕਦਾ ਇੱਕ ਵਾਰੀ ਤੁਸੀਂ ਆਪਣੇ ਆਪ ਦੇ ਨਾਂ ਦੀ ਤਾੜੀ ਮਾਰ ਦਿਓ ਆਪਣੇ ਆਪ ਦੇ ਨਾਂ ਦੀ ਦਾਤਿਆਂ ਦੇ ਨਾਂ ਦੀ ਜਕਾਰਾ ਬਾਬਾ ਦੀਦਾਰ ਸ਼ਾਹ ਜੀ ਦਾ ਲਓ ਜੀ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਗਗਨ ਦਦਰਾਲ ਜਿੰਨਾ ਵੀ ਸਮਾਂ ਉਹਨਾਂ ਦੇ ਨਾਲ ਮੈਡਮ ਲਵਲੀ ਲੇਖੀ ਜੀ 15-15 ਮਿੰਟ ਦੀ ਹਾਜ਼ਰੀ ਟਾਈਮ ਟੇਬਲ ਦੇ ਮੁਤਾਬਕ ਆ ਬਾਕੀ ਸਮਾਂ ਦੱਸੇਗਾ ਕਿ ਕਿੱਧਰ ਨੂੰ ਜਾਣਾ ਸੋ ਸਭ ਤੋਂ ਪਹਿਲਾਂ ਗਗਨ ਦਦਰਾਲ ਹਲੇ ਹਲੇ ਲੇਵਲ ਦੇ ਦਿਓ ਭਾਈ ਥੋੜ੍ਹਾ ਜਿਹਾ ਹਲੇ 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 ਦਰਬਾਰ ਬਾਬਾ ਪੀਰ ਦੀਦਾਰ ਸ਼ਾਹ ਜੀ ਸੋ ਉਹਨਾਂ ਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਰਸ ਮਨਾਇਆ ਜਾ ਰਿਹਾ ਸੋ ਜਿੰਨੀ ਸੰਗਤ ਦਰਬਾਰ 'ਤੇ ਬੈਠੀ ਹੈ ਸੋ ਸਾਰਿਆਂ ਨੂੰ ਇਸ ਮੇਲੇ ਦੀ ਲੱਖ ਲੱਖ ਮੁਬਾਰਕਬਾਦ ਹੈ ਜੀ ਸੋ ਆਓ ਸਭ ਤੋਂ ਪਹਿਲਾਂ ਕਮੇਟੀ ਮੈਂਬਰ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਕਰਦੇ ਹਾਂ ਜਿਨ੍ਹਾਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਾਜ਼ਰੀ ਲਗਾਉਣ ਦਾ ਮੌਕਾ ਦਿੱਤਾ ਸੋ ਆਓ ਸਭ ਤੋਂ ਪਹਿਲਾਂ ਹਾਜ਼ਰੀ ਦਾਤਿਆਂ ਦਾ ਸਹਿਰਾ ਦਾਤਿਆਂ ਦੇ ਚਰਨਾਂ ਵਿੱਚ ਆਓ ਹੈਲੋ ਇਹਨੂੰ ਬੰਦ ਨਹੀਂ ਕਰਨਾ ਤੇ ਦੂਜਾ ਕਿਸੇ ਦੀ ਚੀਕ ਨਹੀਂ ਨਿਕਲਣੀ ਚਾਹੀਦੀ ਭਾਵੇਂ ਮੈਕ ਦੀ ਹੋਵੇ ਉਹ ਲੱਖਾਂ ਦੁਆਵਾਂ ਕਰਕੇ ਮਾਪੇ ਉਹ ਮੰਗਦੇ ਰੱਬ ਕੋਲੋਂ ਵੇਲਾ ਨੀ ਹੋ ਆਪਣੇ ਹੋਵਨ ਕੋਲ ਸਦਾ ਉਹ ਖੁਸ਼ੀਆਂ ਦਾ
ਸਨਮਾਨ ਮੇਰੇ ਵੀਰਾਂ ਨੂੰ ਆਇਆ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਕਰਦੇ ਹਾਂ ਹਲੇ 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 ਭਾਜੀ ਰਿਪੀਟ ਦੇ ਦਿਆ ਕਰੋ ਸੋ ਜਿੰਨੀ ਸੰਗਤ ਦਰਬਾਰ ਤੇ ਬੈਠੀ ਹੈ ਇੱਕ ਵਾਰੀ ਦੋਵੇਂ ਹੱਥ ਖੜੇ ਕਰਕੇ ਜਿਨ੍ਹਾਂ ਸਰਕਾਰਾਂ ਦੇ ਨਾਲ ਦਾ ਮੇਲਾ ਹੋ ਰਿਹਾ ਇੱਕ ਵਾਰੀ ਦੋਵੇਂ ਹੱਥ ਖੜੇ ਕਰਕੇ ਬੋਲੀਏ ਸੱਚੇ ਦਰਬਾਰ ਕੀ ਮੌਲਾ ਅਲੀ ਦੇ ਸਹਾਰੇ ਤੂੰ ਉੱਠੇ ਲਾ ਬੇੜੀ ਤੇਰੀ ਬੇੜੀ ਨਾ ਤਰੇ ਤੇ ਮੈਂ ਝੂਠਾ ਮੁਸ਼ਕਿਲ 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 ਹੱਲ ਨਾ ਕਰੇ ਤੇ ਮੈਂ ਝੂਟਾ ਝੋਲੀ ਅਲੀ ਕਹਿ ਗੇ ਝੋਲੀ ਅਲੀ ਕਹਿ ਗੇ ਉਹ ਦੂਰ ਦਰਦ ਗਮਾ ਤੋ ਲੈਣਗੇ ਉਹ ਦੂਰ ਦਰਦ ਜੋ ਅਲੀ ਅਲੀ ਕਹਿਣਗੇ ਜੋ ਅਲੀ ਅਲੀ ਕਹਿਣਗੇ ਕਹਿਣਗੇ
ਹਲੇ ਹਲੇ ਸੋ ਕਹਿੰਦੇ ਨੇ ਕਿ ਤਾਜ਼ਦਾਰਾਂ ਦੇ ਨਾਂ ਅਮੀਰਾਂ ਦੇ ਦੀਵੇ ਬਲਦੇ ਸਦਾ ਫਕੀਰਾਂ ਦੇ ਸੋ ਇੱਕ ਵਾਰੀ ਉਹਨਾਂ ਫਕੀਰਾਂ ਦੇ ਨਾਂ ਤੇ ਤਾੜੀ ਲਗਾ ਦਿਓ ਜਿਨ੍ਹਾਂ ਦੇ ਨਾਂ ਦਾ ਮੇਲਾ ਹੋ ਰਿਹਾ ਕਾਲੇ ਕੱਪੜੇ ਪਾਏ ਹੋਏ ਨੇ ਕਾਲੇ ਕੱਪੜੇ ਪਾਏ ਹੋਏ ਨੇ ਵੀ ਇਹਨਾਂ ਤੈਨੂੰ ਲੁੱਟ ਲੈਣਾ ਜਿਹੜੇ ਆਪਣੇ ਬਣਾਏ ਹੋਏ ਉਹ ਬੈਠਾ ਹੋਵੇ ਜੇ ਸਾਹਮਣੇ ਯਾਰ ਮੁਰਸ਼ਦ ਤੇ ਮੈਂ ਆਪਣੀ ਗਰਦਨ ਉਠਾ ਨਹੀਂ ਸਕਦਾ ਉਹ ਹੁੰਦੀ ਮਿਹਰਬਾਨੀ ਜੇ ਮਾਨਾ ਸਰਸਵਤੀ ਉਹ ਤੇ ਮੈਂ ਕਦੀ ਗਾ ਨਹੀਂ ਸਕਦਾ ਉਹ ਬਖਸ਼ੀ ਹੁੰਦੀ ਨਾ ਤਾਕਤ ਮੇਰੇ ਪੈਰਾਂ ਨੂੰ ਤੇ ਮੈਂ ਚੱਲ ਕੇ ਕਦੇ ਆ ਨਹੀਂ ਸਕਦਾ ਉਹ ਮਿਲੀਆਂ ਦਰ ਤੇਰੇ ਤੋਂ ਖੁਸ਼ੀਆਂ ਬੇਸ਼ੁਮਾਰ ਸਾਈਆਂ ਇਹ ਦਰ ਛੱਡ ਕੇ ਮੈਂ ਹੋਰ ਦਰ ਤੇ ਜਾ ਨਹੀਂ ਸਕਦਾ ਸੋ ਕੋਈ ਕਹਿੰਦਾ ਮੈਨੂੰ ਸਾਧ ਬਣਾ ਦੇ ਕੋਈ ਕਹਿੰਦਾ ਰਾਜਾ ਬਣਾ ਦੇ ਕੋਈ ਕਹਿੰਦਾ ਅਮੀਰ ਬਣਾ ਦੇ ਪਰ ਮੈਂ ਆਪਣੇ ਸਾਈਆਂ ਨੂੰ ਪਤਾ ਕੀ ਕਹਿੰਦਾ ਇੱਕ ਨਜ਼ਰ ਮੇਰੇ ਦੀ ਤੱਕ ਲੈ ਮੇਰੇ ਸ਼ਹਿਨਸ਼ਾਹ ਤੂੰ ਮੈਨੂੰ ਚਰਨਾਂ 'ਚ ਰੱਖ ਲੈ ਕਿ ਵਾਰੀ ਪੱਲਾ
ਵਾਰੀ ਮੇਰੇ ਮਜੀਸ਼ੀਅਨ ਵੀਰਾਂ ਵਾਸਤੇ ਤਾੜੀ ਲਗਾ ਦਿਓ। ਸੁਣੋ ਜੀ, ਇੰਨੀ ਹਾਜ਼ਰੀ ਕਬੂਲ ਕਰਨਾ